ਜੀ ਸਤਿ ਸ਼੍ਰੀ ਅਕਾਲ ਜੀ, ਮੇਰੀ ਯੂਟਿਊਬ ਫੈਮਿਲੀ ਕਿਵੇਂ ਹੋ? ਆਈ ਹੋ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅਤੇ ਫਰੈਂਡ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਹਾਂ ਦੁਪਹਿਰ ਜੀ ਤੋਂ। ਅਤੇ ਇੱਥੇ ਮੈਂ ਲੱਗੀ ਸੀਗੀ ਆਪਣੀ ਚੂੜੀਆਂ, ਕਾਫੀ ਇਕੱਠੀ ਹੋਈਆਂ ਪਈਆਂ ਸੀਗੀਆਂ ਅਤੇ ਕਾਫੀ ਦੇ ਵਿੱਚ ਨਾ ਖਰਾਬ ਸੀਗੀਆਂ। ਅਤੇ ਮੈਂ ਕਿਹਾ ਚਲੋ ਅੱਜ ਮੈਂ ਆਪਣਾ ਇਹੀ ਹੈਂਗਰ ਜਿਹਾ ਸੈੱਟ ਕਰਦੀ ਹਾਂ ਵੀ ਜਿਹੜੀਆਂ ਚੂੜੀਆਂ ਮੇਰੀਆਂ ਪਾਉਣ ਵਾਲੀਆਂ ਨੇ, ਹੈ ਨਾ, ਅਤੇ ਵੀ ਉਹ ਤਾਂ ਮੈਂ ਚਲੋ ਰੱਖ ਲਵਾਂਗੀ ਅਤੇ ਜਿਹੜੀਆਂ ਵੀ ਵਧੀਆ ਪਈਆਂ ਨੇ ਉਹ ਵੀ ਰੱਖ ਲਵਾਂਗੀ, ਹੈ ਨਾ, ਵੀ ਜਿਹੜੀ ਖਰਾਬ ਹੋਣਗੀਆਂ ਵੀ ਕਈ ਵਿੱਚੋਂ, ਹੈ ਨਾ, ਕਈਆਂ ਦੇ ਨਗ ਵਗੈਰਾ ਨਿਕਲੇ ਹੋਏ ਨੇ ਜਾਂ ਮੈਂ ਪਾਉਂਦੀ ਨਹੀਂ ਹੈਗੀ, ਹੈ ਨਾ, ਤਾਂ ਮੈਂ ਉਹ ਯਾਨੀ ਕਿ ਜਿਹੜੀ ਵਧੀਆ ਪਈਆਂ ਹੋਣਗੀਆਂ ਮੈਂ ਦੇ ਦੇਵਾਂਗੀ ਚਲੋ ਕਿਸੇ ਨੂੰ, ਹੈ ਨਾ, ਜਿਹੜੀ ਖਰਾਬ ਹੋਣਗੀਆਂ ਉਹ ਸਿੱਟ ਦੇਵਾਂਗੇ। ਅਤੇ ਇੱਥੇ ਚਲੋ ਜੀ ਮੈਂ ਉਹੀ ਕਰ ਰਹੀ ਸੀਗੀ, ਇਹ ਮੇਰੇ ਸਾਰੀਆਂ ਯਾਨੀ ਕਿ ਇੱਕ ਦੋ ਦੋ ਵਾਰੀ ਪਾਈ ਹੋਈਆਂ ਨੇ ਪਰ ਖਰਾਬ ਕਾਫੀ ਹੋ ਗਈਆਂ ਨੇ, ਉਂਝ ਪਏ ਪਈ ਵੀ ਹੋ ਗਈਆਂ ਨੇ, ਹੈ ਨਾ, ਐਂ ਸੀਗਾ ਸਾਰੀ, ਮਤਲਬ ਕਿ ਇੱਕ ਕਰੂਏ ਝੱਕਰੀ ਵਾਲੀਆਂ ਹੀ ਨੇ, ਬਸ ਕਰੂਏ ਝੱਕਰੀ 'ਤੇ ਹੀ ਪਾਉਂਦੀ ਹੁੰਦੀ ਹਾਂ ਜ਼ਿਆਦਾਤਰ ਮੈਂ ਚੂੜੀਆਂ, ਉਂਝ ਮੈਂ ਨਹੀਂ ਪਾਉਂਦੀ ਹੈਗੀ। ਅਤੇ ਅਗਰ ਜੇ ਮੈਂ ਪਾ ਵੀ ਲਵਾਂ, ਹੈ ਨਾ, ਕੱਚ ਦੀਆਂ ਜਿਵੇਂ ਚੂੜੀਆਂ ਪਾ ਲੈਂਦੇ ਹਾਂ ਸੌਣ ਦੇ ਵਿੱਚ, ਤਾਂ ਉਹ ਕਈ ਵਾਰੀ ਨਾ ਮੇਰੇ ਤੋਂ ਹੋ ਜਾਂਦੀਆਂ ਨੇ, ਮੇਰਾ ਨਾ ਹੱਥ ਯਾਨੀ ਕਿ ਕੰਧ ਵਿੱਚ ਵੱਜੀ ਜਾਂਦਾ ਹੁੰਦਾ, ਤਾਂ ਕਰਕੇ ਵੀ ਫਿਰ ਮੈਂ ਪਾਉਂਦੀ ਨਹੀਂ ਹੈਗੀ। ਅਤੇ ਵੈਸੇ ਇੱਥੇ ਮੈਂ ਜਿਹੜੀਆਂ ਚੂੜੀਆਂ ਚਲੋ ਸਾਂਭਣੀਆਂ ਨੇ ਉਹ ਸਾਂਭ ਕੇ ਰੱਖ ਦੇਵਾਂਗੀ। ਅਤੇ ਇੱਥੇ ਦੇਖ ਸ਼ਾਨ ਨੇ ਆਪਣੇ ਦੋਨੇ ਬਾਹਾਂ ਦੇ ਵਿੱਚ ਪਾ ਲਈਆਂ ਸੀਗੀਆਂ, ਹੈ ਨਾ, ਚੂੜੀਆਂ। ਹਾਂ ਦੇਖੋ ਮੈਂ ਇੰਜ ਕਰਕੇ ਰੱਖ ਲਵਾਂਗੀ, ਬਸ ਜਿਹੜੀ ਚਾਹੀਦੀ ਸੀਗੀ ਉਹ ਰੱਖ ਲਈਆਂ ਸੀਗੀ। ਅਤੇ ਇਸ ਤੋਂ ਬਾਅਦ ਹੁਣ ਮੈਂ ਰਲ ਲੱਗ ਗਈ ਸੀਗੀ ਕੱਪੜੇ ਵਗੈਰਾ ਧੋਣ, ਹੈ ਨਾ, ਕੱਪੜੇ ਕਾਫੀ ਹੋ ਗਏ ਸੀਗੇ ਆਪਣੇ ਧੋਣ ਵਾਲੇ। ਅਤੇ ਜਿਵੇਂ ਹੁਣ ਤਿੰਨ ਚਾਰ ਦਿਨਾਂ ਦੇ ਹੋ ਗਏ ਸੀਗੇ ਕੱਪੜੇ। ਅਤੇ ਇੱਥੇ ਕਾਫੀ ਕੱਪੜੇ ਮੈਂ ਧੋ ਚੁੱਕੀ ਸੀਗੀ, ਬਸ ਜਿਹੜੇ ਹੁਣ ਹੱਥਾਂ ਨਾਲ ਧੋਣ ਵਾਲੇ ਸੀਗੇ ਉਹ ਮੈਂ ਹੱਥਾਂ ਨਾਲ ਧੋ ਰਹੀ ਸੀਗੀ, ਮੈਂ ਸਾਬਣ ਲਗਾ ਕੇ ਸਰਫ 'ਚੋਂ ਕੱਢ ਕੇ। ਅਤੇ ਅੱਜ ਤਾਂ ਯਾਨੀ ਕਿ ਚਾਦਰ ਤਾਂ ਸਿਰਫ ਇੱਕੋ ਹੀ ਸੀਗੀ, ਪਰ ਕੱਲ੍ਹ ਹਨੇਰੀ ਜਿਵੇਂ ਚੱਲੀ ਸੀਗੀ ਤਾਂ ਉਹਦੇ 'ਚ ਮੀਂਹ 'ਚ ਕੱਪੜੇ ਆਪਣੇ ਕਾਫੀ ਭਿੱਜ ਗਏ ਸੀਗੇ, ਅਤੇ ਫਿਰ ਉਹ ਵੀ ਮੈਨੇ ਧੋਣੇ ਸੀਗੇ, ਹੈ ਨਾ। ਪਾਉਣ ਵਾਲੇ ਤਾਂ ਇੱਥੇ ਸਾਰੇ ਧੁੱਲ ਗਏ ਸੀਗੇ, ਪਰ ਚਾਦਰਾਂ ਵਗੈਰਾ ਚਲੋ ਇੱਕ ਬੈੱਡ ਦੀ ਚਾਦਰ ਹੋ ਗਈ ਸੀਗੀ, ਅਤੇ ਬਾਕੀ ਜਿਹੜੇ ਕੱਲ੍ਹ ਮੀਂਹ 'ਚ ਭਿੱਜ ਗਏ ਸੀਗੇ ਉਹ ਮੈਨੇ ਪਾਤੇ ਸੀਗੇ ਮਸ਼ੀਨ ਦੇ ਵਿੱਚ ਲਾਸਟ 'ਚ, ਹੈ ਨਾ। ਸਨਲ ਪਹਿਲਾਂ ਫਸਟ 'ਚ ਮੈਂ ਬੱਚਿਆਂ ਦੀ ਪਾਉਣੀ ਹੁੰਦੀ ਹਾਂ, ਅਤੇ ਸੈਕਿੰਡ ਗੇੜੇ ਦੇ ਵਿੱਚ ਫਿਰ ਮੈਂ ਪਾਉਂਦੀ ਹੁੰਦੀ ਹਾਂ ਆਪਣੇ ਕੱਪੜੇ, ਵੀ ਮੇਰੇ ਸ਼ਰਟਾਂ ਹੋ ਗਈਆਂ, ਰਮਨੀਤ ਦੇ ਡੈਡੀ ਦੀ ਹੋ ਗਿਆ, ਲਾਸਟ 'ਤੇ ਆਪਾਂ ਪਲਾਜ਼ੋ ਸਲਵਾਰਾਂ ਵਗੈਰਾ ਪਾ ਦਿੰਦੀ ਹੁੰਦੀ ਹਾਂ, ਹੈ ਨਾ, ਲਾਸਟ ਗੇੜੇ ਦੇ ਵਿੱਚ। ਅਤੇ ਇੱਥੇ ਵੈਸੇ ਸਾਰੇ ਕੱਪੜੇ ਵੈਸੇ ਤਕਰੀਬਨ ਧੁਲੀ ਗਏ ਸੀਗੇ, ਅਤੇ ਇੱਥੇ ਆਪਣਾ ਨਾਸ਼ਤਾ ਪਾਣੀ ਵੀ ਸਾਰਾ ਕੁਛ ਹੋ ਗਿਆ ਸੀਗਾ। ਅਤੇ ਇੱਥੇ ਮੈਂ ਫਟਾਫਟ ਹੁਣ ਕੱਪੜੇ ਕੱਢ ਦੇਵਾਂਗੀ। ਰਮਨੀਤ ਨੂੰ ਚਾਹੀਦਾ ਸੀਗਾ ਫੋਨ, ਮੈਂ ਕਿਹਾ ਫੋਨ ਬਾਅਦ 'ਚ ਲਈ, ਪਹਿਲਾਂ ਮੇਰੀ ਚੱਲ ਥੋੜ੍ਹੀ ਜਿਹੀ ਵੀਡੀਓ ਸ਼ੂਟ ਕਰ ਦੇ। ਵੈਸੇ ਵਲੋਗ ਬਣਾਉਣ ਦਾ ਨਾ ਮਨ ਨਹੀਂ ਕਰ ਰਿਹਾ ਸੀਗਾ ਕਿਉਂਕਿ ਵਿਊਜ਼ ਨਾ ਬਹੁਤ ਜ਼ਿਆਦਾ ਘੱਟ ਆ ਰਹੇ ਨੇ, ਪਰ ਫਿਰ ਵੀ ਚਲੋ ਮੈਂ ਬਣਾ ਹੀ ਲਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਹੈ ਨਾ, ਆਪਾਂ ਕੋਸ਼ਿਸ਼ ਕਰਾਂਗੇ, ਅਤੇ ਕੋਸ਼ਿਸ਼ ਕਰਨ ਨਾਲ, ਹੈ ਨਾ, ਮਿਹਨਤ ਕਰਾਂਗੇ ਆਪਾਂ ਵੀ। ਮਿਹਨਤ ਕਦੇ ਵੀ ਯਾਨੀ ਕਿ ਫਜ਼ੂਲ ਨਹੀਂ ਜਾਂਦੀ ਹੈਗੀ, ਕਦੇ ਨਾ ਕਦੇ ਚਲੋ ਮਿਹਨਤ ਆਪਣੀ ਰੰਗ ਲੈ ਕੇ ਆਊਗੀ ਅਗਰ ਪਰਮਾਤਮਾ ਨੇ ਚਾਹਿਆ, ਹੈ ਨਾ। ਅਤੇ ਇੱਥੇ ਕੱਪੜੇ ਕੁੱਪੜੇ ਧੋਣ ਤੋਂ ਬਾਅਦ ਫਿਰ ਝਾੜੂ ਝੂੜੂ ਲੱਗ ਗਈ ਸੀਗੀ ਮੈਂ ਲਗਾਉਣ। ਅਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ 'ਤੇ ਨਿਊ ਆਉਂਦੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਤੁਸੀਂ ਸਬਸਕ੍ਰਾਈਬ, ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ, ਹੈ ਨਾ। ਅਤੇ ਇੱਥੇ ਰਮਨੀਤ ਦੇ ਡੈਡੀ ਨਾ ਕੱਪੜੇ ਧੋਣ ਕੇ ਜਦੋਂ ਮੈਂ ਹਟੀ, ਮੈਨੂੰ ਨਾ ਮੇਰੀ ਭੈਣ ਦਾ ਫੋਨ ਆ ਗਿਆ ਸੀਗਾ ਕਾਫੀ ਟਾਈਮ ਬਾਅਦ, ਮਤਲਬ ਕਿ ਮੇਰੀ ਮਾਮੇ ਦੀ ਕੁੜੀ ਦਾ ਸਿਸਟਰ ਦਾ ਆ ਗਿਆ ਸੀਗਾ ਫੋਨ, ਅਤੇ ਉਹ ਕਾਫੀ ਸਾਲਾਂ ਬਾਅਦ ਗੱਲ ਹੋਈ ਸੀਗੀ। ਫਿਰ ਘੰਟੇ ਵਾਂਗੂ ਫੋਨ 'ਤੇ ਲੱਗੀ ਰਹੀ ਸੀਗੀ ਮੈਂ। ਕੱਪੜੇ ਵਗੈਰਾ ਤਾਂ ਯਾਨੀ ਕਿ ਧੋ ਕੇ ਸੁਕਾਤੇ ਸੀਗੇ, ਪਰ ਜਿਹੜੀ ਸਫਾਈਆਂ ਸੀਗੀਆਂ ਉਹ ਰਹਿ ਗਈਆਂ ਸੀਗੀਆਂ ਕਰਨ ਵਾਲੀ। ਅਤੇ ਇੱਥੋਂ ਨਾ ਰਮਨੀਤ ਦੇ ਡੈਡੀ ਨੇ ਆਪਣੇ ਨਾ ਇਹ ਬਾਹਰ ਪੌੜੀਆਂ 'ਤੇ ਨਾ ਸਮਿੰਟ ਜਿਹਾ ਲੱਗਿਆ ਹੋਇਆ ਸੀਗਾ, ਅਤੇ ਉਹ ਉਤਾਰਿਆ ਸੀਗਾ ਇਹਨਾਂ ਨੇ ਆਹ ਕਲੀਨਰ ਜੇ ਨਾਲ, ਹੈ ਨਾ। ਅਤੇ ਇੱਥੇ ਉਹਨਾਂ ਹਨੇਰੀ ਚੱਲ ਰਹੀ ਸੀਗੀ, ਰਮਨੀਤ ਦੇ ਡੈਡੀ ਕਹਿੰਦੇ ਚੱਲ ਵੀ ਮੈਂ ਬਾਹਰੋਂ ਕਰ ਦੇਣਾ ਵੀ ਤੂੰ ਅੰਦਰੋਂ ਕਰ ਦੇ, ਹੈ ਨਾ।
ਅਤੇ ਇੱਥੇ ਵੈਸੇ ਰਮਨੀਤ ਦੇ ਡੈਡੀ ਹੁਣ ਬਾਹਰੋਂ ਕਰ ਰਹੇ ਸੀਗੇ ਅਤੇ ਮੈਂ ਅੰਦਰ ਲੱਗ ਗਈ ਸੀਗੀ। ਅੱਜ ਬਿਲਕੁਲ ਵੀ ਸਲਾਹ ਜੀ ਨਹੀਂ ਸੀਗੀ ਵੀ ਮੈਂ ਧੋਵਾਂ, ਹੈ ਨਾ, ਕਿਉਂਕਿ ਅੱਜ ਮੈਨੇ ਕੱਪੜੇ ਵੀ ਬਾਥਰੂਮ 'ਚ ਹੀ ਚਲੋ ਧੋ ਲਏ ਸੀਗੇ, ਵੀ ਬਾਹਰੇ ਤਾਂ ਗਾਜਾ ਮੱਚਿਆ ਨਹੀਂ ਸੀਗਾ ਅਤੇ ਹੁਣ ਮੈਂ ਇੱਥੇ ਲਾਉਣ ਲੱਗੀ ਸੀਗੀ ਪੋਚਾ, ਹੈ ਨਾ। ਪਰ ਮਾਂਜਾ ਨਾ ਖੜਿਆ ਨਹੀਂ ਹੈਗਾ, ਵੀ ਪੋਚਾ ਤਾਂ ਮੈਂ ਚਲੋ ਅੰਦਰੋਂ ਤਾਂ ਲਾ ਲਈ ਸੀਗੀ ਪਰ ਬਾਹਰੋਂ ਮਾਂਜਾ ਖੜਿਆ ਨਹੀਂ ਹੈਗਾ, ਕਿਉਂਕਿ ਮੇਰੇ ਥੋੜ੍ਹੇ ਜਿਹੇ ਹੁਣ ਨਾ ਕੰਮ ਕਰਨ ਵਾਲੇ ਪਏ ਸੀਗੇ। ਮਖਾਂ ਚਲੋ ਅੱਜ ਮੈਂ ਨਾ ਉਹੀ ਕਰ ਦਿੰਦੇ, ਵੀ ਥੋੜ੍ਹੀ ਜਿਹੀ ਕਲੀਨਿੰਗ ਜੀ ਕਰਨ ਵਾਲੇ ਪਏ ਸੀਗੇ ਆਪਣੇ ਭਾਂਡੇ ਵਗੈਰਾ ਦੀ, ਜਿਵੇਂ ਕਿ ਬਾਲਟੀਆਂ ਵਗੈਰਾ ਹੋ ਗਈਆਂ, ਬਾਸਕਿਟ ਹੋ ਗਈ, ਅਤੇ ਇੱਕ ਪਾਣੀ ਪੀਣ ਵਾਲੇ ਨਾ ਆਪਾਂ ਨੇ ਕੈਂਪਰ ਜਿਹੜੀ ਸੀਗੀ ਉਹ ਹਾਲੇ ਤੱਕ ਭਰੀ ਨਹੀਂ ਸੀਗੀ ਅਤੇ ਹੁਣ ਮੌਸਮ ਜਿਹਾ ਹੋ ਗਿਆ ਜਿਵੇਂ ਕਿ ਹੁਣ ਗਰਮੀ ਆ ਗਈ ਹੈ, ਅਤੇ ਮੈਂ ਕਿਹਾ ਚਲੋ ਹੁਣ ਆਪਾਂ ਇਹਨੂੰ ਭਰਿਆ ਕਰਾਂਗੇ ਪਾਣੀ ਦੀ। ਅਤੇ ਇੱਥੇ ਹੁਣ ਮੈਂ ਇਹੀ ਲੱਗੀ ਸੀਗੀ, ਹੁਣ ਚੰਗੀ ਤਰ੍ਹਾਂ ਮੈਂ ਕਿਹਾ ਇਹਨੂੰ ਮੈਂ ਸਾਫ਼ ਕਰ ਦਿੰਦੀ ਹਾਂ। ਪਿਛਲੇ ਸਾਲ ਨਾ ਇਹ ਮਤਲਬ ਕਿ ਗਿਰ ਗਈ ਸੀਗੀ, ਛਾਨੇ ਨੇ ਗੇਰਤੀ ਸੀਗੀ, ਤੋੜਤੀ ਸੀਗੀ, ਫਿਰ ਮੈਂ ਕਿਹਾ ਚਲੋ ਹਾਲੇ ਵੀ ਠੰਡ 'ਚ ਫਿਰ ਪਾਣੀ ਪੀਣ ਦੀ ਉਹ ਹੁੰਦੀ ਨਹੀਂ ਸੀਗੀ ਵੀ ਆਪਾਂ ਤਾਜ਼ਾ ਪਾਣੀ ਇੰਝ ਚਲ ਮੈਂ ਭਰ ਲੈਂਦੀ ਹੁੰਦੀ ਸੀਗੀ, ਪਰ ਹੁਣ ਨਾ ਪਾਣੀ ਨਾ ਵੀ ਟੈਂਕੀ ਦੇ ਉੱਪਰੋਂ ਗਰਮ ਹੋਇਆ ਕਰੂਗਾ, ਇਸ ਕਰਕੇ ਮੈਂ ਕੈਂਪਰ ਭਰਨ ਦੀ ਹੁਣ ਵੀ ਲੋੜ ਹੋਇਆ ਕਰੂਗੀ, ਜ਼ਰੂਰਤ ਪਊਗੀ, ਹੈ ਨਾ। ਮੈਂ ਕਿਹਾ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਹੁਣ ਸਾਫ਼ ਕਰ ਲੈਂਦੀ ਹਾਂ। ਅਤੇ ਵੈਸੇ ਤਾਂ ਇਹ ਮਤਲਬ ਕਿ ਸਾਫ਼ ਪਈ ਸੀਗੀ ਪਰ ਨਾ ਇਹ ਟੁੱਟ ਗਈ ਸੀਗੀ, ਉਹਦੇ ਕਰਕੇ ਨਾ ਥੋੜ੍ਹੀ ਕਿਤੇ ਨਾ ਮਤਲਬ ਕਿ ਪੀਲਾਪਨ ਜਿਹਾ ਆ ਗਿਆ ਸੀਗਾ ਬਾਹਰਲੀ ਸਾਈਡ, ਅੰਦਰਲੀ ਸਾਈਡ ਨਹੀਂ ਬਾਹਰਲੀ ਸਾਈਡ ਆ ਗਿਆ ਸੀਗਾ, ਅਤੇ ਬੁਰੀ ਜਿਹੀ ਲੱਗ ਰਹੀ ਸੀਗੀ। ਮੈਂ ਚਲੋ ਕੋਈ ਨਾ, ਹੈ ਨਾ, ਵੀ ਜਿੰਨਾ ਚਿਰ ਚੱਲਦੀ ਹੈ ਵੀ ਚਲਾਵਾਂਗੇ ਆਪਾਂ, ਪਰ ਅੰਦਰੋਂ ਵੀ ਯਾਨੀ ਕਿ ਠੀਕ ਸੀਗੀ। ਅਤੇ ਇੱਥੇ ਹੁਣ ਇਹ ਭਾਂਡਿਆਂ ਵਾਲੀ ਬਾਸਕਿਟ ਸੀਗੀ, ਇਹ ਵੀ ਹੈ ਨਾ ਕਾਫ਼ੀ ਹੋਈ ਪਈ ਸੀਗੀ, ਇਹ 'ਤੇ ਵੀ ਮਤਲਬ ਕਿ ਗੰਦੀ ਜਿਹੀ ਹੋਈ ਪਈ ਸੀਗੀ। ਮੈਂ ਕਿਹਾ ਲੱਗੇ ਹੱਥ ਇਹਨੂੰ ਵੀ ਮੈਂ ਅੱਜ ਸਾਫ਼ ਕਰ ਦਿੰਦੀ ਹਾਂ, ਇਹਦੇ 'ਤੇ ਮਤਲਬ ਕਿ ਆਹ ਨੇ ਨਾ ਬਰੀਕ ਬਰੀਕ ਜਾਲੀ ਜਿਹੀਆਂ ਨੇ ਤਾਂ ਇਹ ਹੱਥਾਂ 'ਚ ਵੱਜਣ ਦਾ ਡਰ ਸੀਗਾ, ਇਸ ਕਰਕੇ ਮੈਂ ਇਹਨੂੰ ਕੱਪੜੇ ਵਾਲੇ ਬ੍ਰੱਸ਼ ਨਾਲ ਹੀ ਸਾਫ਼ ਕਰ ਰਹੀ ਸੀਗੀ ਵੀ ਚੰਗੀ ਤਰ੍ਹਾਂ ਸਾਫ਼ ਹੋ ਜੂਗੀ। ਇਹ ਨਾ ਅਸਲ 'ਚ ਫਰੂਟਾਂ ਵਾਲਾ ਜਿਹੜੇ ਫਰੂਟ ਨਹੀਂ ਹੁੰਦੇ ਨੇ, ਫਰੂਟ ਆਉਂਦੇ ਨੇ ਇਹ 'ਚ, ਹੈ ਨਾ, ਫਰੂਟਾਂ ਵਾਲੇ ਗ੍ਰੇਡ ਹੁੰਦੇ ਨੇ ਉਹ ਸੀਗੇ, ਅਤੇ ਆਪਣੇ ਲਵੀ ਰਹਿੰਦੇ ਨੇ, ਫਿਰ ਉਹਨਾਂ ਤੋਂ ਲਿੱਤੀ ਸੀਗੀ ਆਪਾਂ ਨੇ ਇਹ ਬਾਸਕਿਟ, ਹੈ ਨਾ। ਇਹਦੇ 'ਚ ਚਲੋ ਮੈਂ ਭਾਂਡੇ ਵਗੈਰਾ ਮਾਂਜ ਕੇ ਰੱਖ ਲੈਂਦੇ, ਅਤੇ ਛੋਟੀ ਜਿਹੀ ਜ਼ਿਆਦਾ ਜਗ੍ਹਾ ਵੀ ਨਹੀਂ ਘੇਰਦੀ ਹੈਗੀ ਇਹ, ਅਤੇ ਜਿੰਨੇ ਕੁ ਮੇਰੇ ਭਾਂਡੇ ਹੁੰਦੇ ਨੇ ਸਾਰੇ ਇਹ 'ਚ ਆ ਜਾਂਦੇ ਨੇ। ਅਤੇ ਉਸ ਤੋਂ ਬਾਅਦ ਹੁਣ ਫਿਰ ਮੈਂ ਲੱਗ ਗਈ ਸੀਗੀ ਆਪਣਾ ਇਹ ਪੋਚੇ ਵਾਲੇ 'ਤੇ ਨਾ, ਕਾਫ਼ੀ ਦਾਗ ਜਿਹੇ ਪਏ ਪਏ ਸੀਗੇ, ਅਤੇ ਫਿਰ ਜਦੋਂ ਪੌੜੀਆਂ ਥੱਲੇ ਪਿਆ ਹੁੰਦਾ ਸਾਹਮਣੇ ਤਾਂ ਫਿਰ ਬੁਰਾ ਜਿਹਾ ਲੱਗਦਾ। ਮੈਂ ਕਿਹਾ ਇਹਨੂੰ ਮੈਂ ਸਾਫ਼ ਕਰ ਦਿੰਦੀ ਹਾਂ। ਅਤੇ ਪਿੱਛੇ ਨਾ ਸ਼ਾਨੂ ਦੀ ਤੁਹਾਨੂੰ ਅਵਾਜ਼ ਰੋਣੇ ਦੀ ਆਵਾਜ਼ ਆ ਰਹੀ ਹੋਣੀ, ਉਹ ਨਾ ਦੋਨੇ ਭਰਾ ਨਾ ਲੜਨ ਲੱਗ ਰਹੇ ਨੇ ਅਪਸਰੀ ਦੇ ਵਿੱਚ, ਫੋਨ ਪਿੱਛੇ ਸ਼ਾਇਦ ਫੋਨ ਲਿੱਤਾ ਹੋਇਆ ਡੈਡੀ ਟਾਈਮ ਚੁੱਪ ਖਾਣ ਤੋਂ ਬਾਅਦ ਫਿਰ ਆ ਗਈ ਸੀ ਦੁਬਾਰੇ, ਫਿਰ ਮੈਂ ਰਿਕੋਰਡਿੰਗ ਕਰਨ। ਅਤੇ ਇੱਥੇ ਹੁਣ ਦੇਖੋ ਮੈਂ ਆਪਾਂ ਪੋਚਾ ਲੱਗ ਰਹੀ ਸੀਗੀ ਮੈਂ ਸਾਫ਼ ਕਰਨ, ਇਹਨੂੰ ਵੀ ਹੁਣ ਮੈਂ ਚੰਗੀ ਤਰ੍ਹਾਂ ਕਰ ਦੇਵਾਂਗੀ, ਹੈ ਨਾ। ਜਿਵੇਂ ਆਪਾਂ ਹੱਥ ਵਾਲੇ ਪੋਚੇ ਨੂੰ ਤਾਂ ਆਪਾਂ ਫਿਰ ਵੀ ਡੇਲੀ ਵਾਂਗੂ ਧੋ ਦਿੰਦੇ ਹਾਂ, ਪਰ ਇਹਨੂੰ ਹੈ ਨਾ ਆਪਾਂ ਨਹੀਂ ਧੋਂਦੇ ਹੈਗੇ। ਮੈਂ ਅੱਜ ਮੈਂ ਇਹਨੂੰ ਵੀ ਚੰਗੀ ਤਰ੍ਹਾਂ ਬ੍ਰੱਸ਼ ਨਾਲ ਇਹਦੀ ਮਿੱਟੀ ਜੀ ਕੱਢ ਦਿੰਦੀ ਹਾਂ। ਕਾਫ਼ੀ ਦਿਨ ਹੋ ਗਏ ਸੀਗੇ, ਕਾਫ਼ੀ ਯਾਨੀ ਕਿ ਮਹੀਨੇ ਵਾਂਗੂ ਹੋ ਗਿਆ ਉਦੋਂ ਮੈਂ ਸਾਫ਼ ਕੀਤਾ ਸੀਗਾ, ਹੁਣ ਉਦੋਂ ਤਾਂ ਅੱਜ ਕਰ ਰਹੀ ਹਾਂ। ਅਤੇ ਅੱਜ ਮੇਰਾ ਪੂਰਾ ਐਨ ਮਨ ਕਰ ਰਿਹਾ ਸੀਗਾ ਸਫਾਈਆਂ ਕਰਨ ਨੂੰ, ਮੈਂ ਕਿਹਾ ਅੱਜ ਮੈਂ ਸਾਰਾ ਇਹ ਕੋੜ ਜਿਹਾ ਕੱਢ ਦਿੰਦੀ ਹਾਂ, ਹੈ ਨਾ। ਕਾਫ਼ੀ ਦਿਨਾਂ ਦਾ ਸੋਚ ਰਹੀ ਸੀਗੀ ਮੈਂ ਇਹ ਯਾਨੀ ਕਿ ਇਹ ਚੀਜ਼ਾਂ ਸਭ ਕੁਛ ਧੋਣ ਲਈ, ਬਸ ਫਿਰ ਇੱਕ ਮਤਲਬ ਕਿ ਟਾਈਮ ਜਿਹਾ ਨਹੀਂ ਮਿਲ ਰਿਹਾ ਸੀਗਾ, ਮੈਂ ਚਲੋ ਅੱਜ ਮੈਂ ਕਰ ਹੀ ਦਿੰਦੀ ਹਾਂ, ਬਾਕੀ ਸਾਰੇ ਕੰਮ ਆਪਾਂ ਬਾਅਦ 'ਚ ਕਰ ਦਿੰਦੇ ਹਾਂ, ਹੈ ਨਾ। ਬਾਕੀ ਜਦੋਂ ਮੈਂ ਕੱਪੜੇ ਵਗੈਰਾ ਧੋ ਕੇ ਹਟਦੀ ਨਾ, ਉਦੋਂ ਇਹ ਕੰਮ ਜੇ ਮੈਨੂੰ ਉਹਦੀ ਜੀ ਕਰਦਾ ਹੁੰਦਾ, ਪਾਣੀ ਵਾਲੇ ਜਿਹੜੇ ਕੰਮ ਹੁੰਦੇ ਨੇ ਵੀ ਉਹਦੀ ਕਰਾਂ, ਹੈ ਨਾ। ਕਿਉਂਕਿ ਇੱਕ ਤਾਂ ਦੇਖੋ ਗਾਹ ਪਿਆ ਹੁੰਦਾ ਪਾਣੀ ਕੱਪੜਿਆਂ ਕਰਕੇ, ਹੈ ਨਾ, ਫਿਰ ਵੈਸੇ ਐਂ ਹੁੰਦਾ ਵੀ ਕੋਈ ਐਕਸਟਰਾ ਵੀ ਚਲੋ ਹੋ ਜਾਵੇ ਤਾਂ ਵਧੀਆ ਹੀ ਹੈ, ਹੈ ਨਾ। ਇਸ ਕਰਕੇ ਮੈਂ ਚਲੋ ਅੱਜ ਮੈਂ ਇਹਨਾਂ ਨੂੰ ਧੋ ਦਿੰਦੀ ਹਾਂ, ਅਤੇ ਆਪਣਾ ਜਿਹੜਾ ਬਾਥਰੂਮ ਹੈ ਉਹ ਵੀ ਧੋ ਦੇਵਾਂਗੇ। ਆਹ ਦੇਖੋ ਆਪਣੇ ਪੋਚੇ ਵਾਲੇ ਬਾਟੀ ਵੀ ਐਨ ਬਿਲਕੁਲ ਚਮਕਾਤੀ ਹੈ, ਮੈਨੇ ਆਹ ਸਾਰੇ ਭਾਂਡੇ ਆਪਣੇ ਐਨ ਵਧੀਆ ਸਾਫ਼ ਹੋ ਗਏ ਨੇ। ਅਤੇ ਮਨ ਵੀ ਐਨ ਕਰ ਰਿਹਾ ਸੀਗਾ ਕੰਮ ਕਰਨ ਨੂੰ, ਕਿਉਂਕਿ ਹੁਣ
ਯਾਨੀ ਕਿ ਇੱਕ ਤਾਂ ਵੀ ਅੱਗੇ ਹੁਣ ਮੈਨੂੰ ਕੋਈ ਕੰਮ ਹੈ ਨਹੀਂ ਗਾ ਹੁਣ ਕੁਛ ਵੀ ਕਰਨ ਨੂੰ, ਵੀ ਇਹੀ ਇੱਕ ਐਕਸਟਰਾ ਜਿਹਾ ਸੀਗਾ, ਕੱਪੜੇ ਵਗੈਰਾ ਧੁਲ ਗਏ ਨੇ, ਸੁੱਕ ਵੀ ਗਏ ਸੀਗੇ ਕੱਪੜੇ ਤਾਂ, ਹੈ ਨਾ, ਐਂ ਸੀਗਾ। ਅਤੇ ਬਾਕੀ ਹੁਣ ਬੱਚਿਆਂ ਨੂੰ ਥੋੜ੍ਹੀ ਕੁ ਲੱਗੀ ਸੀਗੀ ਭੁੱਖ, ਮੈਂ ਕਿਹਾ ਚਲੋ ਬਾਅਦ 'ਚ ਬਣਾ ਕੇ ਦਿੰਦੇ ਹਾਂ, ਵੀ ਫਟਾਫਟ ਮੈਂ ਇਹ ਨਿਬੇੜ ਦੇਵਾਂ, ਹੈ ਨਾ, ਬਸ ਖਾਣਾ ਪਕਾਉਣਾ ਜਿਹਾ ਹੀ ਰਹਿ ਗਿਆ ਸੀਗਾ। ਅਤੇ ਬਾਲਟੀ ਵੀ ਹੁਣ ਮੈਂ ਨਾਲ ਦੀ ਨਾਲ ਮਾਣ ਦੇਵਾਂਗੀ, ਕੱਪੜੇ ਧੋ ਕੇ ਹਟਦੇ ਆ, ਫਿਰ ਇਹਦੇ 'ਚ ਹੀ ਨਹਾਉਂਦੇ ਧੋਂਦੇ ਹਾਂ ਨਾ, ਫਿਰ ਬੱਚੇ ਵੀ ਨਹਾਉਂਦੇ ਨੇ, ਫਿਰ ਉਹ ਹੋ ਜਾਂਦੀ ਹੈ ਨਾ ਗੰਦੀ ਜਿਹੀ ਹੋ ਜਾਂਦੇ ਨੇ, ਫਿਰ ਮੈਂ ਕਿਹਾ ਨਾਲ ਦੀ ਨਾਲ ਇਹਨੂੰ ਵੀ ਹੱਥ ਮਾਰੀ ਦਿੰਦੇ ਹਾਂ, ਇਹਨੂੰ ਵੀ ਆਪਾਂ ਸਾਫ਼ ਕਰ ਦਿੰਦੇ ਹਾਂ, ਹੈ ਨਾ। ਵੈਸੇ ਜਦੋਂ ਵੀ ਮੈਂ ਕੱਪੜੇ ਵਗੈਰਾ ਧੋਨੀ ਹਾਂ, ਜੇ ਜ਼ਿਆਦਾ ਡੀਪ ਕਲੀਨ ਨਹੀਂ ਕਰਦੀ ਹੈਗੀ ਬਾਲਟੀ ਦੀ, ਪਰ ਇੱਕ ਵਾਰੀ ਮੈਂ ਸਾਬਣ ਦਾ ਹੱਥ ਜ਼ਰੂਰ ਮਾਰ ਦਿੰਦੀ ਹੁੰਦੀ ਹਾਂ ਜਦੋਂ ਕੱਪੜੇ ਵਗੈਰਾ ਆਪਾਂ ਵੋਸ਼ ਕਰਦੇ ਹਾਂ, ਹੈ ਨਾ। ਅਤੇ ਆਹ ਦੇਖੋ, ਇੱਥੇ ਆਪਣੀ ਬਾਲਟੀ ਵੀ ਆਪਣੀ ਚਮਕ ਗਈ ਹੈ। ਅਤੇ ਇੱਥੇ ਬਸ ਤਕਰੀਬਨ ਜਿਹੜੇ ਮਤਲਬ ਕਿ ਐਕਸਟਰਾ ਜਿਹੜੇ ਹੈਗੇ ਸੀ ਆਪਣੇ, ਮੈਂ ਸਾਰੇ ਸਾਫ਼ ਕਰਤੇ ਨੇ। ਆਹ ਦੇਖੋ ਕਿੰਨੇ ਵਧੀਆ ਹੋ ਗਏ ਨੇ ਇੱਥੇ ਹੁਣ। ਅਤੇ ਇਹਨਾਂ ਨੂੰ ਹੁਣ ਮੈਂ ਰੱਖਿਆ ਵਾਂਗੀ ਧੁੱਪੇ ਚੱਕ ਕੇ, ਜਿਹੜੇ ਯਾਨੀ ਕਿ ਭਾਂਡੇ ਰੱਖਣ ਵਾਲੀ ਟੋਕਰੀ ਹੈ ਅਤੇ ਇੱਕ ਜਿਹੜੀ ਆਪਣੀ ਕੈਂਪਰ ਹੈ ਨਾ, ਇਹਨੂੰ ਧੁੱਪ ਲਵਾ ਕੇ ਫਿਰ ਆਪਾਂ ਰੱਖਾਂਗੇ ਅੰਦਰ, ਹੈ ਨਾ, ਵੀ ਫਿਰ ਆਪਾਂ ਇਹ 'ਚ ਪਾਣੀ ਭਰਾਂਗੇ, ਕਿਉਂਕਿ ਕਾਫੀ ਦਿਨਾਂ ਦੀ ਉਹ ਬੰਦ ਸੀਗੀ ਨਾ ਇਹ, ਇਸ ਕਰਕੇ ਮੈਂ ਚਲੋ ਧੁੱਪ ਜੀ ਲੱਗ ਜਾਂਦੀ। ਅਤੇ ਆਹ ਦੇਖੋ, ਹੈ ਨਾ, ਅਤੇ ਇੱਥੇ ਆਪਣੇ ਕੱਪੜੇ ਵੀ ਸੁੱਕ ਗਏ ਸੀਗੇ, ਪਰ ਕੱਪੜਿਆਂ 'ਤੇ ਨਾ ਛਾਂ ਆ ਗਈ ਸੀਗੀ, ਧੁੱਪੇ ਨਹੀਂ, ਯਾਨੀ ਕਿ ਮੈਂ ਸੁਕਾਉਂਦੀ ਹੈਗੀ, ਧੁੱਪ ਸਿਰਫ ਇਹਨਾਂ ਨੂੰ ਥੋੜ੍ਹੀ ਥੋੜ੍ਹੀ ਕੀ ਲੱਗੀ ਹੈ। ਅਤੇ ਵੈਸੇ ਮੈਂ ਕਿਹਾ ਚਲੋ ਬਾਅਦ 'ਚ ਚੱਕ ਲਵਾਂਗੇ ਇਹਨਾਂ ਨੂੰ, ਕਿਉਂਕਿ ਹੁਣ ਕੱਪੜਿਆਂ ਨੂੰ ਛਾਂ ਹੀ ਸੀਗੀ। ਅਤੇ ਇੱਥੇ ਹੁਣ ਫਿਰ ਮੈਂ ਨਾਲ ਦੀ ਨਾਲ ਲੱਗ ਗਈ ਸੀਗੀ ਇੱਥੇ ਹੁਣ ਬਾਥਰੂਮ ਸਾਫ਼ ਕਰਨ। ਇੱਕ ਵਾਰੀ ਮੈਨੇ ਯਾਨੀ ਕਿ ਝਾੜੂ ਨਾਲ ਸਾਫ਼ ਕਰਤਾ ਸੀਗਾ, ਅਤੇ ਦੂਜੀ ਵਾਰੀ ਹੁਣ ਮੈਂ ਸਰਫ਼ ਜਿਹਾ ਪਾ ਕੇ ਆ ਕੱਪੜੇ ਧੋਣ ਵਾਲੇ ਬ੍ਰੱਸ਼ ਨਾਲ ਚੰਗੀ ਤਰ੍ਹਾਂ ਜਿਹੜੀ ਇੱਟਾਂ ਦੀਆਂ ਜਿਹੜੀਆਂ ਹੈ ਟੈਲਾਂ ਦੀਆਂ ਦਰਾਰਾਂ ਜੀ ਹੁੰਦੀਆਂ ਨੇ, ਇਹਦੇ 'ਚ ਮਾਰ ਦੇਵਾਂਗੀ, ਅਤੇ ਐਨ ਵਧੀਆ ਸਾਫ਼ ਹੋ ਜੂਗਾ। ਅਤੇ ਕਿਤੇ ਕਿਤੇ ਤੁਹਾਨੂੰ ਜਿਹੜੀ ਇਹ ਵਾਈਟ ਵਾਈਟ ਚਮਕ ਰਹੀ ਹੋਊਗੀ ਇੱਥੇ ਨਾ, ਮੇਰੇ ਤੋਂ ਨਾ ਮਤਲਬ ਕਿ ਕਈ ਵਾਰੀ ਜਦੋਂ ਆਪਾਂ ਫਲੈਸ਼ ਧੋਂਦੇ ਤਾਂ ਮੈਂ ਇੱਕ ਦੋ ਵਾਰੀ ਨਾ ਤੇਜ਼ਾਬ ਯੂਜ਼ ਕਰ ਲਿਆ ਸੀਗਾ, ਉਹਦੇ ਕਰਕੇ ਹੈ ਨਾ ਇਹਦੀ ਮਤਲਬ ਕਿ ਫਰਸ਼ ਥੋੜ੍ਹੀ ਕੁ ਸ਼ਾਈਨਿੰਗ ਜੀ ਉਹ ਹੋ ਗਈ ਹੈ। ਅਤੇ ਤੁਸੀਂ ਵੀ ਕਦੇ ਵੀ ਹੈ ਨਾ ਆਪਣੇ ਫਰਸ਼ 'ਤੇ ਟੈਲਾਂ 'ਤੇ ਤੇਜ਼ਾਬ ਵਗੈਰਾ ਨਾ ਯੂਜ਼ ਕਰਨਾ, ਹੈ ਨਾ। ਅਤੇ ਚਲੋ ਜੀ, ਇੱਥੇ ਹੁਣ ਬਾਥਰੂਮ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਇੱਥੇ ਆਪਣੇ ਗੇਟ ਵਗੈਰਾ ਵੀ ਮੈਂ ਧੋਤੇ ਸੀਗੇ, ਕਿਉਂਕਿ ਹਨੇਰੀ ਚੱਲੀ ਸੀਗੀ ਕੱਲ੍ਹ, ਅਤੇ ਫਿਰ ਉਹ ਗੰਦੇ ਜਿਹੇ ਹੋਏ ਪਏ ਸੀਗੇ, ਮੈਂ ਕਿਹਾ ਲੱਗੇ ਹੱਥੇ ਵੀ ਸਾਫ਼ ਕਰ ਦਿੰਦੇ ਹਾਂ, ਹੈ ਨਾ। ਅੱਜ ਤਾਂ ਯਾਨੀ ਕਿ ਆਪਣਾ ਸਾਰਾ ਬਲੋਕ ਕਲੀਨਿੰਗ ਦਾ ਹੀ ਸੀਗਾ। ਅਤੇ ਇੱਥੇ ਹੁਣ ਫਰਸ਼ ਵੀ ਚਲੋ ਮੈਨੇ ਇੰਨਾ ਕੁ ਫਿਰ ਵੀ ਧੋਏ ਦਿੱਤਾ, ਅੰਦਰੋਂ ਮੈਂ ਨਹੀਂ ਧੋਤਾ ਹੈਗਾ, ਕਿਚਨ ਵੀ ਨਹੀਂ ਮੈਂ ਧੋਤੀ ਹੈਗੀ, ਇੰਨਾ ਕੁ ਵੋਸ਼ ਕੀਤਾ ਮੈਨੇ, ਕਿਉਂਕਿ ਕਿਚਨ 'ਚ ਵੀ ਮੈਂ ਪੋਚਾ ਵਗੈਰਾ ਲਗਾ ਹੀ ਦਿੱਤਾ ਸੀਗਾ, ਹੈ ਨਾ। ਅਤੇ ਕਿਉਂਕਿ ਹੁਣ ਬੱਚਿਆਂ ਨੂੰ ਵੀ ਭੁੱਖ ਲੱਗੀ ਸੀਗੀ, ਫਿਰ ਮੈਂ ਜ਼ਿਆਦਾ ਫਸਲ ਲੰਬਾ ਨਹੀਂ ਮੈਂ ਖਿੱਚਣਾ ਚਾਹੁੰਦੀ ਸੀਗੀ ਵੀ ਜ਼ਿਆਦਾ ਉਹ ਨਾ ਕਰਾਂ ਮੈਂ। ਅਤੇ ਇੱਥੇ ਵੈਸੇ ਬਾਹਰੋਂ ਤਾਂ ਯਾਨੀ ਕਿ ਝਾੜੂ ਲੱਗ ਗਿਆ ਸੀਗਾ, ਅਤੇ ਸਿਰਫ ਹੁਣ ਪਾਣੀ ਪਾ ਕੇ ਮੈਂ ਝਾੜੂ ਲਗਾ ਦੇਵਾਂਗੀ, ਹੈ ਨਾ। ਇੱਥੇ ਆਪਣਾ ਸਾਰਾ ਕਲੀਨ ਹੋ ਗਿਆ। ਅਤੇ ਰਮਣੀਤ ਨੂੰ ਹੁਣ ਮੈਂ ਕਿਹਾ ਸੀਗਾ, ਮੈਂ ਕਿਹਾ ਪੁੱਤ, ਮੈਂ ਕਿਹਾ ਚਲੋ ਇੰਨੇ ਤੂੰ, ਮੈਂ ਕਹਿ ਰਿਹਾ ਮੈਂ ਨਹਾ ਕੇ ਆਵਾਂਗੀ, ਤੂੰ ਥੋੜ੍ਹਾ ਕਿ ਇੰਨੇ ਪਾਣੀ ਰੱਖ ਕੜਾਹੀ ਦੇ ਵਿੱਚ ਅੱਧੀ ਕਿ ਕੜਾਹੀ ਕਰ ਦੇ, ਅਤੇ ਉਹਦੇ 'ਚ ਮੈਂ ਕਿਹਾ ਮੈਂ ਨੂਡਲ ਪਾ ਕੇ ਰੱਖ ਦੇਵਾਂਗੀ, ਇੰਨੇ ਬੋਇਲ ਹੋ ਜਾਣਗੇ, ਚਲੋ ਇੰਨੇ ਮੈਂ ਨਹਾ ਕੇ ਹਟਾਂਗੀ, ਹੈ ਨਾ, ਵੀ ਮੈਂ ਛੇ ਛੇਤੀ ਚਲੋ ਆਪਾਂ ਅੱਜ ਬਣਾਵਾਂਗੇ ਨਿਊਡਲ, ਵੀ ਤੜਕਾ ਲਗਾ ਦੇਵਾਂਗੇ, ਹੈ ਨਾ, ਕਿਉਂਕਿ ਰਮਨੀਤ ਨੂੰ ਲੱਗ ਰਹੀ ਸੀਗੀ ਭੁੱਖ ਆਉਣ। ਅਤੇ ਹੁਣ ਮੈਨੂੰ ਪਾਣੀ ਦਿਖਾਉਣਾ ਆਇਆ ਸੀਗਾ, ਕਹਿੰਦਾ ਮੰਮਾ ਇੰਨਾ ਕੁ ਪਾਣੀ ਬਹੁਤ ਹੈ, ਮੈਂ ਕਿਹਾ ਚੱਲ ਠੀਕ ਹੈ, ਹੈ ਨਾ। ਅਤੇ ਚਲੋ ਜੀ, ਮੈਂ ਸਾਰੀ ਕਲੀਨਿੰਗ ਕਰਨ ਤੋਂ ਬਾਅਦ ਹੈ ਨਾ, ਅਤੇ ਇੱਥੇ ਲੱਗ ਗਈ ਸੀਗੀ ਹੁਣ ਨਹਾਉਣ ਨੂੰ, ਓਕੇ, ਮੈਂ ਕਿਹਾ ਚਲੋ ਬੱਚਿਆਂ ਲਈ ਬਣਾ ਦਿੰਦੇ ਆਪਾਂ ਨਿਊਡਲ। ਅਤੇ ਇੱਥੇ ਨਿਊਡਲ ਜਿਹੜੇ ਹੈਗੇ ਸੀ ਗੁਬਾਇਲ ਹੋ ਗਏ ਸੀਗੇ, ਅਤੇ ਇੱਥੇ ਮੈਂ ਸਾਰੇ ਯਾਨੀ ਕਿ ਪਿਆਜ਼ ਅਤੇ ਟਮਾਟਰ ਮੋਟੇ ਮੋਟੇ ਕੱਟ ਕੇ, ਅਤੇ ਕੈਪਸੀਕਮ ਹੈ ਨਾ ਸ਼ਿਮਲਾ ਮਿਰਚ ਉਹ ਵੀ ਕੱਟ ਲਈ ਸੀਗੇ। ਅਤੇ ਇੱਥੇ ਨਿਊਡਲ ਨੂੰ ਨਾ ਥੋੜ੍ਹਾ ਕੁ ਸੇਕ ਆਪਣੇ ਤੋਂ ਜ਼ਿਆਦਾ ਲੱਗ ਗਿਆ ਸੀਗਾ, ਉਹ ਇਸ ਕਰਕੇ ਮੈਂ ਨਹਾਉਣ ਜਦੋਂ ਗਈ ਨਾ, ਮੈਂ ਰਮਨੀਤ ਨੂੰ ਆਵਾਜ਼ ਮਾਰੀ ਸੀ, ਮੈਂ ਪੁੱਤ, ਮੈਂ ਕਿਹਾ ਗੈਸ ਬੰਦ ਕਰ ਦੇ, ਪਰ ਉਹ ਭੁੱਲ ਗਿਆ ਸੀਗਾ ਨਾ, ਉਹਨੇ ਲੇਟ ਬੰਦ ਕਰਤਾ, ਜਿਹਦੇ ਕਰਕੇ ਥੋੜ੍ਹੀ ਜਿਹੀ ਕੁ ਨਿਊਡਲ ਚਿਪ ਗਈ ਜੀ ਸੀਗੀ, ਹੈ ਨਾ, ਵੀ ਇਕੱਲੀ ਇਕੱਲੀ ਜੀ ਨਹੀਂ ਹੋਈ ਸੀਗੀ। ਅਤੇ ਚਲੋ ਜੀ, ਇੱਥੇ ਹੈਨੇ ਆਪਣੇ ਸਬਜ਼ੀਆਂ ਵਗੈਰਾ ਪੱਕਦੀਆਂ ਸੀਗੀਆਂ, ਅਤੇ ਇੱਥੇ ਮੈਂ ਨਾਲ ਦੀ ਨਾਲ ਲੱਗ ਗਈ ਸੀਗੀ ਆਪਣੇ ਭਾਂਡੇ ਵਗੈਰਾ ਧੋਣ, ਕਿਉਂਕਿ ਭਾਂਡੇ ਪਏ ਸੀਗੇ ਕੁਝ ਕੁ ਸਾਫ਼ ਕਰਨ ਵਾਲੇ, ਮੈਂ ਕਿਹਾ ਲੱਗੇ ਹੱਥ ਮੈਂ ਇਹ ਵੀ ਕਰ ਦਿੰਦੀ ਹਾਂ, ਵੀ ਇਹਨੇ ਚਲੋ ਆਪਣੀਆਂ ਮਸਾਲਾ ਜਿਹੜਾ ਹੈਗਾ ਸਬਜ਼ੀਆਂ ਵਗੈਰਾ ਆਪਣੀਆਂ ਪੱਕਣਗੀਆਂ, ਹੈ ਨਾ, ਨਿਊਡਲ ਲਈ। ਅਤੇ ਇੱਥੇ ਬਸ ਮੈਂ ਫਟਾਫਟ ਆਪਣੇ ਭਾਂਡੇ ਲੱਗ ਗਈ ਸੀਗੀ ਧੋਣ, ਅਤੇ ਇੱਥੇ ਭਾਂਡੇ ਵੀ
ਵੈਸੇ ਧੋਲ ਗਏ ਸੀਗੇ ਆਪਣੇ, ਅਤੇ ਇੱਥੇ ਲੈ ਕੇ ਆਏ ਸੀਗੇ ਚਾਟ ਮਸਾਲਾ MDH ਦਾ, ਕਾਫੀ ਦਿਨਾਂ ਦਾ ਲਿਆਤਾ ਹੋਇਆ ਪਿਆ ਪਰ ਅੱਜ ਯੂਜ਼ ਕਰ ਰਹੀ ਹਾਂ, ਯਾਨੀ ਕਿ ਹਫ਼ਤਾ ਕੁ ਹੋ ਗਿਆ, ਕਾਫੀ ਦਿਨ ਹੋ ਗਏ ਸੀਗੇ ਨਿਊਡਲ ਵਗੈਰਾ ਨਹੀਂ ਬਣਾਏ ਹੈਗੇ, ਅਤੇ ਉਹਦੇ 'ਚ ਯਾਨੀ ਕਿ ਮੈਂ ਜ਼ਿਆਦਾਤਰ ਯੂਜ਼ ਕਰਦੀ ਹਾਂ, ਅਤੇ ਇੱਥੇ ਬਸ ਮੈਂ ਹੁਣ ਇਹਦੇ 'ਚ ਪਾ ਦੇਵਾਂਗੀ ਜਿਹੜੀ ਸਬਜ਼ੀ ਸੀਗੀ ਆਪਣੀ ਪੱਕ ਗਈ ਸੀਗੀ, ਯਾਨੀ ਕਿ ਅੱਧ ਕੱਚੀ ਜਿਹੀ ਹੋ ਗਈ ਸੀਗੀ, ਕਿਉਂਕਿ ਜ਼ਿਆਦਾ ਆਪਾਂ ਨੇ ਇਹਨਾਂ ਨੂੰ ਨਹੀਂ ਪਕਾਉਣਾ ਹੁੰਦਾ, ਬਸ ਥੋੜ੍ਹੀ ਥੋੜ੍ਹੀ ਜਿਹੀ ਕੁ ਰੱਖਣੀ ਆ ਤਾਂ ਕਿ ਆਹ ਜਦੋਂ ਆਪਣੇ ਮੂੰਹ 'ਚ ਆਉਂਦੀ ਹੈ ਤਾਂ ਪਤਾ ਲੱਗੇ ਹੈ ਨਾ ਵੀ ਸਬਜ਼ੀ ਆਈ ਹੈ, ਹੈ ਨਾ, ਤਾਂ ਉਹ ਵਧੀਆ ਵੀ ਲੱਗਦੀ ਹੈ। ਅਤੇ ਇਹਦੇ 'ਚ ਆਪਾਂ ਥੋੜ੍ਹੇ ਥੋੜ੍ਹੇ ਪਾ ਦੇਵਾਂਗੇ ਆਪਾਂ ਲੂਣ ਮਿਰਚ, ਬਸ ਟੇਸਟ ਦੇ ਅਨੁਸਾਰ, ਧਨੀਆ ਪਾਊਡਰ ਅਤੇ 2 ਪੈਕਟ ਪਾਏ ਸੀਗੇ ਮੈਨੇ ਜਿਹੜੇ ਮਸਾਲਾ ਉਹਦੇ ਹੁੰਦੇ ਨੇ ਮੈਗੀ ਮਸਾਲੇ ਦੇ, ਹੈ ਨਾ, ਅਤੇ ਚਾਟ ਮਸਾਲੇ ਦੇ 2 ਚਮਚੇ ਛੋਟੇ ਛੋਟੇ ਜਿਹੇ ਪਾਏ ਸੀਗੇ। ਅਤੇ ਉਸ ਤੋਂ ਬਾਅਦ ਆਪਾਂ ਨੇ ਪਾਤੀ ਸੀਗੀ ਸੋਇਆ ਸੋਸ, ਅੱਜ ਮੈਂ ਕਿਹਾ ਸੋਇਆ ਸੋਸ ਦੀ ਆਪਾਂ ਬਣਾ ਕੇ ਦੇਖਦੇ ਹਾਂ, ਸੋਇਆ ਸੋਸ ਵੀ ਮੰਗਾ ਲਈ ਸੀਗੀ ਆਪਾਂ ਨੇ। ਅਤੇ ਇੱਥੇ ਹੁਣ ਮੈਂ ਪਾ ਦੇਵਾਂਗੀ ਇਹ ਮੈਗੀ, ਹੈ ਨਾ, ਇਹ ਮੈਗੀ ਥੋੜ੍ਹੀ ਕੁ ਚਿਪਕ ਜਿਹੀ ਗਈ ਸੀਗੀ, ਅਤੇ ਚਲੋ ਜੀ ਫਿਰ ਵੀ ਬਹੁਤ ਜ਼ਿਆਦਾ ਟੇਸਟੀ ਬਣ ਗਈ ਸੀਗੀ। ਅਤੇ ਅੱਜ ਮੈਨੇ ਯਾਨੀ ਕਿ ਜ਼ਿਆਦਾ ਨਹੀਂ ਬਣਾਈ ਹੈਗੀ, ਪੂਰੀ ਪੂਰੀ ਜੀ ਬਣਾਈ ਸੀਗੀ, ਨਹੀਂ ਤਾਂ ਫਿਰ ਅੱਗੇ ਨਾ ਕਾਫੀ ਵਾਰੀ ਬਚ ਜਾਂਦੀ ਸੀਗੀ। ਅਤੇ ਚਲੋ ਜੀ ਫਰੈਂਡ, ਇੱਥੇ ਆਪਣਾ ਹੁਣ ਕੰਮ ਕੁੰਮ ਕਰਨ ਤੋਂ ਬਾਅਦ ਆਪਣਾ ਖਾਣਾ ਪਕਾਉਣਾ ਵੀ ਹੋ ਗਿਆ ਹੈ, ਅਤੇ ਇਸ ਤੋਂ ਬਾਅਦ ਹੁਣ ਆਪਾਂ ਖਾ ਲੈਂਦੇ ਹਾਂ ਦੁਪਹਿਰ ਦਾ, ਬਸ ਆਪਣਾ ਇਹ ਖਾਣਾ ਹੋ ਜੂਗਾ। ਅਤੇ ਬਸ ਸੋਇਆ ਸੋਸ ਕਰਕੇ ਨਾ ਥੋੜ੍ਹੀ ਕੁ ਥੋੜ੍ਹੀ ਨਹੀਂ ਬਹੁਤ ਜ਼ਿਆਦਾ ਟੇਸਟੀ ਬਣ ਗਈ ਸੀਗੀ ਇਹ ਆਪਣੀ ਨਿਊਡਲ, ਅਤੇ ਹੁਣ ਉਹ ਆਪਾਂ ਖਾ ਲੈਂਦੇ ਹਾਂ। ਅਤੇ ਇੱਥੇ ਸ਼ਾਨੂ ਨਾ ਫੋਨ ਮੰਗਦਾ ਸੀਗਾ, ਕਹਿੰਦਾ ਮੈਨੇ ਵੀ ਆਪਣੇ ਹੱਥ 'ਚ ਫੋਨ ਲੈ ਕੇ ਫਿਰ ਮੈਗੀ ਖਾਣੀ ਹੈ, ਹੈ ਨਾ, ਫਿਰ ਜਿਹੜੀ ਉਹਨੂੰ ਗੁੱਸੇ ਹੁੰਦੇ ਸੀਗੇ ਵੀ ਨਹੀਂ, ਹੈ ਨਾ, ਵੀ ਫੋਨ ਨਹੀਂ ਦੇਖਣਾ ਆਪਾਂ ਬੰਦ ਹੀ ਕਰ ਦਿੰਦੇ ਹਾਂ। ਅਤੇ ਚਲੋ ਜੀ ਫਰੈਂਡ, ਹੁਣ ਅਸੀਂ ਖਾ ਲੈਂਦੇ ਹਾਂ ਮੈਗੀ। ਅਤੇ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਗਰ ਚੈਨਲ 'ਤੇ ਤੁਸੀਂ ਨਿਊ ਆਉਂਦੇ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ।